ਇਹ ਜੀ ਇਨਕੁਆਇਰੀ ਉੱਪਰ ਡੀ ਐਸ ਪੀ ਸਿਟੀ ਸਾਹਿਬ ਜੀ ਦੀ 106 ਨੰਬਰ ਮੁਕੱਦਮਾ ਅੰਡਰ ਸੈਕਸ਼ਨ 420 20/5/2022 ਨੂੰ ਦਰਜ ਹੋਇਆ ਸੀਗਾ, ਜਿਹਦੇ ਵਿੱਚ ਦੋਸ਼ੀ ਰਜਿੰਦਰ ਅਤਰੀ ਨੇ ਕਮਲੇਸ਼ ਕੌਰ ਨਾਂ ਦੀ ਇੱਕ ਔਰਤ ਜੋ ਕਿ 7 ਨੰਬਰ ਸਕੀਮ 'ਚ ਰਹਿੰਦੀ ਆ ਉਹਨੂੰ ਆਪਣਾ ਪਲਾਟ ਦੇਣ ਦੇ ਬਦਲੇ ਵੀ ਸਾਨੂੰ 15 ਲੱਖ ਰੁਪਈਆ 9,01,000 ਅਤੇ 6,01,000 ਬਿਆਨਾ ਲੈ ਕੇ, ਪਰ ਉਸਨੇ ਉਸ ਪਲਾਟ 'ਤੇ ਪਹਿਲਾਂ ਹੀ ਲੋਨ ਲਏ ਹੋਏ ਸੀਗੇ। ਜਿਹੜਾ ਇਨਕੁਆਇਰੀ ਕਰਨ ਉਪਰੰਤ ਪਤਾ ਲੱਗ ਚੱਲਿਆ ਕਿ ਇਹਨਾਂ ਨੇ ਪਹਿਲਾਂ ਲੋਨ ਲੈ ਰੱਖੇ ਨੇ ਇਸ ਪਲਾਟ 'ਤੇ, ਅਤੇ ਉਸ ਨਾਲ ਇਹਨੇ ਠੱਗੀ ਮਾਰ ਕੇ ਅਤੇ ਉਸਨੂੰ ਜਾਅਲੀ ਡਾਕਟਰ ਸਾਹਿਬ ਦੇ ਕੇ ਵੀ ਬਿਆਨਾ ਕਰਾ ਦਿੱਤਾ ਅਤੇ 420 ਦਾ ਮੁਕੱਦਮਾ ਦਰਜ ਹੋਇਆ। ਇਸ ਤੋਂ ਪਹਿਲਾਂ ਵੀ ਕੋਈ ਠੱਗੀ ਦੇ ਮਾਮਲੇ ਦਰਜ ਨੇ ਬੈਂਕ ਨਾਲ, ਕੋਈ ਠੱਗੀ ਮਾਰੀ ਹੈ। ਕਿੱਥੋਂ ਗ੍ਰਿਫਤਾਰੀ ਕੀਤੀ ਇਹ ਵੀ ਬੱਸ ਸਟੈਂਡ ਤੋਂ ਇਹਨੂੰ ਅਰੈਸਟ ਕੀਤਾ ਗਿਆ ਕੱਲ੍ਹ ਜੀ ਆਪਣੇ 16/6 ਨੂੰ। ਕੀ ਮਾਮਲਾ ਦਰਜ ਕੀਤਾ ਗਿਆ ਅਤੇ ਕੀ ਅਗਲੀ ਕਾਰਵਾਈ? ਇਹਨੂੰ ਹੁਣ ਜੀ ਕੋਰਟ 'ਚ ਪੇਸ਼ ਕੀਤਾ ਅਤੇ ਰਿਮਾਂਡ ਲੈ ਕੇ ਇੱਕ ਦਿਨ ਦਾ, ਤਾਂ ਫਰਦਰ ਜੀ ਇਹਦੇ ਨਾਲ ਕਿਹੜੇ ਕਿਹੜੇ ਕੁਲਪੇਟ ਹੋਰ ਨੇ ਉਹਦਾ ਵੀ ਪਤਾ ਕੀਤਾ ਜਾਊਗਾ। ਕੋਈ ਹੋਰ ਵੀ ਨਿਕਲਦੀ ਸੰਭਾਵਨਾ ਇਹਦੇ ਕੋਲ? ਹਾਂਜੀ ਜੀ, ਹੋਰ ਠੱਗੀ ਮਾਰੀ ਪਤਾ ਚੱਲਦਾ ਵੀ ਇਹਨੇ ਕੀ ਕਿਵੇਂ ਬੈਂਕ ਨੇ ਕਿਵੇਂ ਠੱਗੀ ਮਾਰੀ ਸੀਗੀ।